ਹੈਲੋ ਗਾਇਸ, ਵੈਲਕਮ ਟੂ ਮਾਈ ਚੈਨਲ ਰਮੇਸ਼ ਜੀ ਜੰਮ ਪੇਪਰ। ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤੁਹਾਡੇ 11ਵੀਂ ਜਮਾਤ ਦਾਖਲੇ ਲਈ ਐਮ ਐਨ ਸਕੂਲ ਦਾ, ਠੀਕ ਆ, ਉਹਦੇ ਜਿਹੜੇ ਟੈਸਟ ਪੇਪਰ ਆਪਾਂ ਲੈ ਕੇ ਆਏ, ਠੀਕ ਆ, ਸੈੱਟ ਏ ਆਪਣੇ ਕੋਲ ਆ, ਅਤੇ ਫੁੱਲੀ ਸੋਲਵ ਤੁਹਾਨੂੰ ਕਰਾਵਾਂਗੇ। ਅਤੇ ਜਿਹੜਾ ਇਹਨੇ ਮੈਟਰੀ ਦਾ ਪੇਪਰ ਦੇਣਾ, ਉਹਨਾਂ ਲਈ ਵੀਡੀਓ ਆਲਰੇਡੀ ਬਣਾ ਸਕਦਾ, ਪਲੇ ਲਿਸਟ ਦਾ ਲਿੰਕ ਵੀ ਤੁਹਾਨੂੰ ਵੈਸੇ ਡਿਸਕ੍ਰਿਪਸ਼ਨ ਵਿੱਚ ਪਾ ਦਾਂਗੇ। ਬਾਕੀ ਪਲੇ ਲਿਸਟ ਜਾ ਕੇ ਚੈੱਕ ਕਰ ਸਕਦੇ ਹੋ, ਅਤੇ ਐਮ ਐਨ ਐਸ ਵਾਲੇ ਦਾ ਕਮੈਂਟ ਆ ਬੱਚੇ ਦਾ, ਸੋ ਐਮ ਐਨ ਐਸ ਦਾ ਇਹ 11ਵੇਂ ਦਾਖਲੇ ਲਈ, ਅਤੇ 9th ਕਲਾਸ ਦਾਖਲੇ ਵੀ ਆਪਾਂ ਜਲਦੀ ਬਣਾ ਕੇ ਤੁਹਾਨੂੰ ਪਾ ਦਾਂਗੇ, ਠੀਕ ਆ। ਅਤੇ ਕੋਈ ਵੀ ਤੁਹਾਨੂੰ ਡਾਊਟ ਹੋਵੇ ਤਾਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ, ਤੁਹਾਡਾ ਰਿਪਲਾਈ ਜ਼ਰੂਰ ਕੀਤਾ ਜਾਵੇਗਾ। ਚਲੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ, ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ। ਚਲੋ ਸਟਾਰਟ ਕਰਦੇ ਹਾਂ, ਚਲੋ ਫਿਰ ਸਟਾਰਟ ਕਰਦੇ ਹਾਂ। ਸੋ 150 ਅੰਕ ਦਾ ਤੁਹਾਡਾ ਪੇਪਰ ਹੋਣਗੇ, ਠੀਕ ਆ, ਟੋਟਲ, ਅਤੇ ਦੋਨੋਂ ਮੀਡੀਅਮ 'ਚ ਪੰਜਾਬੀ ਵੀ ਆ ਅਤੇ ਇੰਗਲਿਸ਼ ਵੀ ਆ, ਅਤੇ ਸਮਾਂ ਤੁਹਾਨੂੰ 3 ਘੰਟੇ ਦਿੱਤਾ ਜਾਵੇ ਇਹਦੇ 'ਚ, ਅਤੇ ਕੁੱਲ ਅੰਕ 150। ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ, ਆਪਾਂ ਕਰਦੇ ਹਾਂ ਸਟਾਰਟ। ਅਤੇ ਇਹ ਆ ਸਾਡੇ ਪ੍ਰਸ਼ਨ ਦਾ ਕਿ ਤੁਸੀਂ ਪੜ੍ਹਨਾ, ਤੁਸੀਂ ਪੜ੍ਹ ਲਿਓ ਦਾ, ਅਤੇ ਗਣਿਤ ਦੇ ਮੈਂ 30 ਮਾਰਕਸ ਆ, ਸਾਇੰਸ ਦਾ 30 ਮਾਰਕਸ, ਸਮਾਜਿਕ 30, ਪੰਜਾਬੀ ਵੀ 10, ਅਤੇ ਅੰਗਰੇਜ਼ੀ 10, ਅਤੇ ਹਿੰਦੀ 10। ਇਹਦਾ ਪੈਟਰਨ ਆ, ਤੁਸੀਂ ਪੈਟਰ ਦੇਖਣਾ, ਪੜ੍ਹਨਾ ਪੜ੍ਹ ਲਓ। ਅਤੇ ਬਾਕੀ ਤੁਹਾਨੂੰ ਇਹਦਾ ਫੀਡ ਆ ਤੁਹਾਡੇ ਟੈਲੀਗ੍ਰਾਮ ਚੈਨਲ 'ਤੇ ਮਿਲ ਜੂਗਾ, ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲੈਣਾ, ਮੇਸੀ ਜਾਂ ਪੇਪਰ। ਅਤੇ ਕੱਚਾ ਵਰਕ ਲਈ ਦਿੱਤਾ ਹੋਇਆ ਕੰਮ, ਰਫ ਵਰਕ ਲਈ ਵੀ ਪੇਜ ਮਿਲੂਗਾ, ਉਹ ਤੋਂ ਬਾਅਦ ਸਟਾਰਟ ਹੁੰਦੇ ਪਾਰਟ 1। ਚਲੋ ਕਰ, ਇਹ ਆਪਣੇ ਕੋਲ ਸੈੱਟ 1 ਆ, 3 ਸੈੱਟ 'ਚ ਪੇਪਰ ਆਉਂਦਾ। ਸੋ ਪਹਿਲਾ ਹੈਗਾ ਨਿਰਦੇਸ਼ ਪ੍ਰਸ਼ਨ 1-3, ਖੱਬੇ ਪਾਸੇ ਦਿੱਤੀ ਸਮਾਨਤਾ ਅਨੁਸਾਰ ਸੱਜੇ ਪਾਸੇ ਦੀ ਸਮਾਨਤਾ ਨੂੰ ਪੂਰਾ ਕਰੋ। ਹਾਂਜੀ, ਇਹਦਾ ਰਾਈਟ ਆਨਸਰ ਦੱਸੋ ਕੀ ਆਉਣਾ, 5 ਬਿੱਲੀ ਖੁੜ ਦਾ ਕੀ ਹੋਊਗਾ। ਫਸਟ ਆਨਸਰ ਤੁਸੀਂ ਮੈਨੂੰ ਕਮੈਂਟ ਵਿੱਚ, ਜਿਹਨੂੰ ਪਤਾ ਉਹ ਕਮੈਂਟ 'ਚ ਵੀ ਦੱਸ ਸਕਦੇ, ਖੁੜ ਦਾ ਆਉਣਾ ਘੋੜਾ, ਠੀਕ ਆ। ਨੈਕਸਟ ਸੈਕਿੰਡ, ਅਦਾਲਤ ਇਨਸਾਫ ਅਤੇ ਸਕੂਲ ਦਾ ਕੀ ਹੋਊਗਾ, ਸਕੂਲ ਦਾ ਹੋਊਗਾ ਸਿੱਖਿਆ। ਤੁਹਾਨੂੰ ਪਤਾ ਸਕੂਲ ਕੀ ਮਿਲਦਾ ਸਾਨੂੰ, ਸਿੱਖਿਆ, ਅਦਾਲਤ ਇਨਸਾਫ ਮਿਲਦਾ, ਸਕੂਲ 'ਚ ਸਾਨੂੰ ਕੀ ਮਿਲਦੀ, ਸਿੱਖਿਆ। ਚਲੋ ਨਾਲੇ ਇੰਗਲਿਸ਼ ਵਾਲੇ ਵੀ ਦੇਖ ਲਿਓ, ਇਹਦਾ ਨਾਲ ਟਿੱਕ ਕੇ ਸੇਮ ਹੀ ਆਪਸ਼ਨ ਆ, ਜਿਵੇਂ ਹੋਰ ਸਕਦਾ ਆਊਗਾ ਐਜੂਕੇਸ਼ਨ। ਚਲੋ ਨੈਕਸਟ ਕੁਸ਼ਚਨ ਦੇਖਦੇ ਹਾਂ, ਕਿਨਾਰਾ ਨਦੀ ਤੱਟ 'ਤੇ ਕੀ ਆਊਗਾ। ਹਾਂਜੀ, ਤੱਟ 'ਤੇ ਆਊਗਾ ਸਮੁੰਦਰ, ਸਮੁੰਦਰ ਤੱਟ ਹੁੰਦਾ ਨਾ, ਤਾਂ ਸਮੁੰਦਰ ਆਊਗਾ। ਇੱਧਰ ਕੋ ਸੀ, ਚਲੋ ਨੈਕਸਟ ਕੁਸ਼ਚਨ 4th, ਜੂਲ ਦਾ ਜੋ ਸੰਬੰਧ ਊਰਜਾ ਨਾਲ ਹੈ ਉਹੀ ਸੰਬੰਧ ਪਾਸਕਲ ਦਾ ਡੈਸ਼ ਨਾਲ ਹੈ। ਹਾਂਜੀ, ਜੂਲ ਇਜ਼ ਰਿਲੇਟਿਡ ਐਨਰਜੀ ਇਨ ਦਾ ਸੇਮ ਬੇਸ ਪਾਸਕਲ ਇਜ਼ ਰਿਲੇਟਿਡ ਟੂ। ਹਾਂਜੀ, ਚੌਥੇ ਦਾ ਆਪਣਾ ਰਾਈਟ ਆਨਸਰ ਵੀ ਕਹਿਣਾ, ਸੈਕਿੰਡ, ਦਾਬ, ਠੀਕ ਆ, ਪ੍ਰੈਸ਼ਰ, ਪ੍ਰੈਸ਼ਰ ਆਊਗਾ, ਠੀਕ ਆ ਜੀ। 5th ਦਾ ਕੁਸ਼ਚਨ ਦੇਖਦੇ ਆਪਾਂ ਕੀ ਆ, ਕਿਸ ਖਾਸ ਕੋਡ ਭਾਸ਼ਾ ਵਿੱਚ ਕੰਪਿਊਟਰ ਨੂੰ RFUVQNPC ਲਿਖਿਆ ਜਾਂਦਾ ਹੈ, ਉਸੇ ਕੋਡ ਭਾਸ਼ਾ ਵਿੱਚ ਮੈਡੀਸਿਨ ਨੂੰ ਕਿਵੇਂ ਲਿਖਿਆ ਜਾਵੇਗਾ। ਹਾਂਜੀ, ਦੋਨੇ ਮਿਹਨਤ 'ਚ ਹੈਗਾ, ਤਾਂ 5th ਦਾ ਆਪਣਾ ਰਾਈਟ ਆਨਸਰ ਆਉਣਾ ਜੀ 1, ਠੀਕ ਆ, ਫਸਟ ਆਨਸਰ ਆਉਣਾ ਇਹਦਾ। ਜੇਕਰ ਹਵਾ ਨੂੰ ਹਰਾ ਕਿਹਾ ਜਾਵੇ, ਹਰੇ ਨੂੰ ਨੀਲਾ ਕਿਹਾ ਜਾਵੇ, ਨੀਲੇ ਨੂੰ ਅਸਮਾਨੀ ਕਿਹਾ ਜਾਵੇ, ਅਸਮਾਨੀ ਨੂੰ ਪੀਲਾ ਕਿਹਾ ਜਾਵੇ, ਪੀਲੇ ਨੂੰ ਪਾਣੀ ਕਿਹਾ ਜਾਵੇ, ਅਤੇ ਪਾਣੀ ਨੂੰ ਗੁਲਾਬੀ ਕਿਹਾ ਜਾਵੇ, ਤਾਂ ਦੱਸੋ ਕਿ ਆਸਮਾਨ ਦਾ ਰੰਗ ਕਿਹੋ ਜਿਹਾ ਹੋਵੇਗਾ। ਹਾਂਜੀ, ਰਾਈਟ ਆਨਸਰ ਦੱਸਿਓ, ਤਾਂ 6ਵੇਂ ਦਾ ਆਪਣਾ ਰਾਈਟ ਆਨਸਰ ਆਉਣਾ ਪੀਲਾ, ਯੈਲੋ। ਇਹ ਸਾਰੇ ਆਨਸਰ ਸਹੀ ਆ, ਕਿਉਂਕਿ ਇਹ ਆਨਸਰ ਕੀ ਆਨਸਰ ਮੈਨੂੰ ਦਿੱਤੇ ਹੋਏ। ਚਲੋ ਆਪਣਾ 7ਵਾਂ ਕੁਸ਼ਚਨ ਹੈ, ਏ ਬੀ
ਦੀ ਭੈਣ ਹੈ ਤੇ ਸੀਵੀ ਦੀ ਮਾਂ ਤੇ ਡੀਸੀ ਦਾ ਪਿਤਾ ਤੇ ਏ ਅਤੇ ਡੀ ਦੀ ਮਾਂ ਹੈ ਤਾਂ ਦੱਸੋ ਏ ਦਾ ਅਤੇ ਡੀ ਨਾਲ ਕੀ ਰਿਸ਼ਤਾ ਹੈ। ਹਾਂਜੀ ਸਤਮੇ ਦਾ ਆਪਣਾ ਰਾਈਟ ਆਨਸਰ ਨਾ ਪੋਤੀ, ਤੁਹਾਨੂੰ ਪੜ੍ਹ ਕੇ ਪਤਾ ਲੱਗ ਗਿਆ ਹੋਣਾ ਵੈਸੇ ਤਾਂ ਰਿਸ਼ਤੇ, ਜਿਹਨਾਂ ਨੂੰ ਰਿਸ਼ਤੇ ਬਾਰੇ ਜ਼ਿਆਦਾ ਪਤਾ ਉਹਨੂੰ ਆਲਰੇਡੀ ਪਤਾ ਹੋਣਾ। ਇੱਕ ਕਤਾਰ ਵਿੱਚ ਏ ਤੋਂ ਲੈ ਕੇ ਈ ਤੱਕ ਪੰਜ ਘਰ ਹਨ। ਏ ਵੀ ਦੇ ਸੱਜੇ ਪਾਸੇ ਹੈ, ਈ ਸੀ ਦੇ ਖੱਬੇ ਪਾਸੇ ਅਤੇ ਏ ਦੇ ਸੱਜੇ ਪਾਸੇ ਹੈ, ਬੀ ਡੀ ਦੇ ਸੱਜੇ ਪਾਸੇ ਕਿਹੜਾ ਬਿਲਕੁਲ ਵਿਚਕਾਰ ਹੈ। ਸੋ ਇਹ ਸਾਰੇ ਮਲਟੀਵਿਲਟੀ ਟੈਸਟ ਆ, ਇਹਦਾ ਰਾਈਟ ਆਪਣਾ ਆਨਸਰ ਆਉਣਾ ਜੀ ਅੱਠਵੀਂ ਦਾ 1A। ਨੌਵਾਂ ਕੁਸ਼ਚਨ ਦੇਖਦੇ ਆ, ਸੂਰਜ ਚੰਦਰਮਾ ਅਤੇ ਤਾਰਿਆਂ ਵਿਚਕਾਰ ਸੰਬੰਧ ਦੱਸਣ ਲਈ ਢੁਕਵੇਂ ਬੈਣ ਚਿੱਤਰ ਦੀ ਚੋਣ ਕਰੋ। ਸਭ ਤੋਂ ਰਾਈਟ ਦਾ ਅਸਮਾ ਆਉਣਾ ਜੀ ਸੂਰਜ ਅਤੇ ਕੀ ਕਹਿ ਰਹੇ ਨੇ, ਸੂਰਜ ਅਤੇ ਚੰਦਰਮਾ ਤਾਰਿਆਂ ਵਿਚਕਾਰ। ਸੋ ਇਹਦਾ ਰਾਈਟ ਆਨਸਰ ਆਪਣਾ ਆਉਣਾ ਜੀ ਨੌਵੇਂ ਦਾ 3rd ਆਪਸ਼ਨ। ਨੈਕਸਟ ਦਸਵਾਂ ਕੁਸ਼ਚਨ ਦੇਖਦੇ ਆ, ਦਿੱਤੇ ਹੋਏ ਸ਼ਬਦ ਨੂੰ ਡਿਕਸ਼ਨਰੀ ਅਨੁਸਾਰ ਤਰਤੀਬ ਦਿਓ ਅਤੇ ਦੱਸੋ ਸਭ ਤੋਂ ਪਹਿਲਾਂ ਸ਼ਬਦ ਕਿਹੜਾ ਹੋਵੇਗਾ। ਹਾਂਜੀ ਤਰਤੀਬ ਦੇ ਦੱਸੋ ਕਿਹੜਾ ਆਊਗਾ ਪਹਿਲਾਂ, ਸਭ ਤੋਂ ਪਹਿਲਾਂ ਐਨ ਐਨ ਸਾਰੇ 'ਚ ਹੈਗਾ, ਫਿਰ ਏ ਏ ਵੀ ਸਾਰੇ 'ਚ ਹੈਗਾ, ਫਿਰ ਟੀ ਟੀ ਅਤੇ ਐਸ। ਇਹਦੇ ਵਿੱਚ ਰਾਈਟ ਆਨਸਰ ਆਪਣਾ ਦਸਵੀਂ ਦਾ ਆਉਣਾ ਜੀ 3rd, ਕਿਉਂ ਪਹਿਲਾਂ ਆਰ ਆਉਂਦਾ ਫਿਰ ਆਰ ਐਸ ਟੀ, ਕਿਉਂ ਆਰ ਪਹਿਲਾਂ ਆਉਂਦਾ ਫਿਰ ਐਸ ਫਿਰ ਬਾਅਦ ਤੋਂ ਆਉਂਦਾ ਟੀ। ਸੋ ਆਪਣਾ 3rd ਆਪਸ਼ਨ ਆਉਣਾ, ਕਿ ਦੇਖੋ ਪਹਿਲਾਂ ਫਿਰ ਸਾਰੇ 'ਚ ਐਨ ਐਨ ਆ ਫਿਰ ਏ ਆ ਫਿਰ ਆਰ ਹੈਗਾ ਪਹਿਲਾਂ। ਸੋ 3rd ਆਪਸ਼ਨ ਆਉਣਾ ਕਲਿਕ। ਅਰੇਂਜਮੈਂਟ ਦਾ ਵਰਡ ਇਨ ਦਾ ਐਲਫਾਬੈਟਿਕ ਆਰਡਰ ਐਂਡ ਦਾ ਚੂਜ਼ ਦਾ ਵਨ ਦੈਟ ਕਮਸ ਫਾਸਟ। ਚਲੋ ਨੈਕਸਟ ਕੁਸ਼ਚਨ 11 ਦੇਖਦੇ ਆ, ਸਭ PERS ਪਰਸਨੈਲਿਟੀ ਦੇ ਤੀਜੇ ਚੌਥੇ ਪੰਜਵੇਂ ਸੱਤਵੇਂ ਅਤੇ ਦਸਵੇਂ ਅੱਖਰ ਨਾਲ ਜੋ ਸਾਰਥਕ ਸ਼ਬਦ ਬਣਦਾ ਹੈ ਉਸਦਾ ਪਹਿਲਾ ਅੱਖਰ ਦੱਸੋ। ਹਾਂਜੀ ਇਹਦਾ ਵਰਡ ਬਣਾ ਕੇ ਦੇਖਿਓ, ਠੀਕ ਆ। ਅਤੇ ਇਹਦਾ ਰਾਈਟ ਆਨਸਰ ਤੁਹਾਨੂੰ ਵੈਸੇ ਵੈਸੇ ਦੱਸ ਦੇਣਾ 3rd ਆਪਸ਼ਨ ਆਊਗਾ ਆਰ। ਤੁਸੀਂ ਇਹਦਾ ਵਰਡ ਬਣਾ ਕੇ ਮੈਨੂੰ ਕਮੈਂਟ 'ਚ ਪਾਉਣਾ, ਠੀਕ ਆ। ਜਿਸ ਤਰ੍ਹਾਂ ਬਾਅਦ ਵੈਸੇ ਰਾਈਟ ਆਨਸਰ ਤੁਹਾਨੂੰ ਦੱਸਦਾ ਆਰ ਆ, ਤੁਸੀਂ ਮੈਨੂੰ ਵਰਡ ਬਣਾ ਕੇ ਜ਼ਰੂਰ ਸੈਂਡ ਕਰਿਓ, ਠੀਕ ਆ ਜੀ ਸਾਰੇ ਬੱਚਿਆਂ ਨੇ। ਚਲੋ 12th ਦੇਖਦੇ ਹਾਂ, ਦਰਖਤਾਂ ਦੀ ਇੱਕ ਕਤਾਰ ਵਿੱਚ ਇੱਕ ਦਰਖਤ ਕਤਾਰ ਹੈ, ਦੋਵੇਂ ਸਿਰਿਆਂ ਤੋਂ ਪੰਜਵੇਂ ਸਥਾਨ 'ਤੇ ਹੈ, ਉਸ ਕਤਾਰ ਵਿੱਚ ਕਿੰਨੇ ਦਰਖਤ ਹਨ। ਲਿਖਿਆ ਇੱਕ ਦਰਖਤ ਕਤਾਰ ਵਿੱਚ ਇੱਕ ਦਰਖਤ ਕਤਾਰ ਹੈ, ਦੋਵੇਂ ਸਿਰਿਆਂ 'ਤੇ ਪੰਜਵੇਂ ਸਥਾਨ 'ਤੇ, ਉਸ ਕਤਾਰ ਵਿੱਚ ਕਿੰਨੇ ਦਰਖਤ ਹਨ। ਹਾਂਜੀ 12th ਦਾ ਆਪਣਾ ਰਾਈਟ ਆਨਸਰ ਆਉਣਾ ਜੀ ਮੇਰੇ ਖਿਆਲ ਫਸਟ ਹੀ ਆਉਣਾ, ਜਿਹਦਾ 8 ਹੀ ਦਰਖਤ ਬਣੂਗਾ। ਇੱਕ ਕਤਾਰ ਵਿੱਚ ਇੱਕ ਦਰਖਤ, ਦੋ ਸਿਰਿਆਂ ਦੇ ਪੰਜਵੇਂ ਸਥਾਨ 'ਤੇ, ਇਹਦਾ ਡਾਊਟ ਆ। 12th ਦਾ ਆਨਸਰ ਵੈਸੇ ਫਸਟ ਹੀ ਲੱਗਦਾ, ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਜਿਹਨੂੰ ਕਲੀਅਰ ਹੋਵੇ। ਚਲੋ 13th ਕੁਸ਼ਚਨ ਦੇਖ ਲੈਂਦੇ ਆਪਾਂ, ਦਿੱਤੇ ਹੋਏ ਸ਼ਬਦਾਂ ਨੂੰ ਅਰਥਪੂਰਨ ਤਰਤੀਬ ਵਿੱਚ ਲਗਾਉਣ ਲਈ ਵਿਕਲਪਾਂ ਦੀ ਢੁਕਵੀਂ ਤਰਤੀਬ ਚੁਣੋ। ਹਾਂਜੀ ਆਪਣਾ 13th ਦਾ ਰਾਈਟ ਆਨਸਰ ਆਉਣਾ ਜੀ 2nd, ਬੱਚਾ, ਕਾਲਜ, ਬੱਚਾ, ਤਨਖਾਹ, ਸਕੂਲ ਐਂਡ ਰੁਜ਼ਗਾਰ, ਤੁਹਾਨੂੰ ਅਲੱਗ ਹੀ ਆ ਬੱਚਾ। ਚਲੋ ਬੱਚਾ ਤਾਂ ਇਹਨਾਂ ਹੀ, ਇੱਕ ਬੱਚਾ ਵੀ ਆ, ਕਾਲਜ ਵੀ ਆ, ਸਕੂਲ ਵੀ, ਇਹਨਾਂ ਅਕੋਰਡਿੰਗ ਆਪਾਂ ਆਨਸਰ ਕਿੱਕ ਕਰਨਾ ਨਾ। ਸੋ ਆਪਣਾ ਰਾਈਟ ਆਨਸਰ 2, 4, ਇਹਦਾ ਰਾਈਟ ਆਨਸਰ ਦੇਖਿਓ ਥੋੜ੍ਹਾ ਮੈਲਟੀਵੇਟ, ਇਹਨੂੰ ਵੀ ਸਮਝ ਨਹੀਂ ਵੈਸੇ ਆਨਸਰ, ਜਿਹੜਾ ਦਿੱਤਾ ਆਨਸਰ ਕੀ ਜੋ 2nd ਆ।
ਠੀਕ ਆ, ਦੇਖ ਲਿਓ ਇਹਦਾ। ਅੱਖਰਾਂ ਦੀ ਲੜੀ ਪੂਰੀ ਕਰੋ। ਹਾਂਜੀ, ਅੱਖਰਾਂ ਦੀ ਲੜੀ ਪੂਰੀ ਕਰਨਾ ਜੀ। ਸੋ ਇਹਦਾ ਰਾਈਟ ਆਂਸਰ ਤੁਸੀਂ ਦੱਸ ਦੇਣਾ ਕਮੈਂਟ ਕਰਕੇ। ਵੈਸੇ ਮੈਂ ਤੁਹਾਨੂੰ ਦੱਸ ਦੇਣਾ, 14ਵੇਂ ਦਾ ਆਪਣਾ ਰਾਈਟ ਆਂਸਰ ਆਉਣਾ ਸੈਕਿੰਡ, ਪਹਿਲਾਂ ਏ ਆਉਣਾ, ਫਿਰ ਏ ਆਉਣਾ, ਫਿਰ ਸੀ, ਫਿਰ ਸੀ ਆਉਣਾ, ਫਿਰ ਆਪਣਾ ਆਉਣਾ ਵੀ ਐਂਡ ਸੀ। ਸੋ ਆਪਣਾ ਸੈਕਿੰਡ ਵਾਲਾ ਆਂਸਰ ਆ ਜਾਣਾ। ਨੈਕਸਟ ਬੀ ਡੀ ਐੱਫ ਸੀ ਐੱਫ ਐਲ ਸੋਰੀ ਆਈ ਆ ਡੀ ਐੱਚ ਐਲ ਡੈਸ ਦਾ ਅਗਲਾ ਪਦ ਕੀ ਹੋਵੇਗਾ। ਹਾਂਜੀ, ਇਹਦਾ ਰਾਈਟ ਆਂਸਰ ਆਪਣਾ ਆਉਣਾ 15ਵੇਂ ਦਾ ਥਰਡ, ਈ ਜੇ ਓ। ਦੇਖੋ ਪਹਿਲਾਂ ਬੀ ਸੀ, ਫਿਰ ਸੀ ਆਇਆ, ਫਿਰ ਡੀ ਆਇਆ, ਡੀ ਤੋਂ ਬਾਅਦ ਕੀ ਹੁੰਦਾ ਈ। ਹੁਣ ਦੇਖ ਇਹਦਾ, ਫਿਰ ਡੀ ਸੀ, ਐੱਫ ਸੀ, ਈ ਹੈ ਨਹੀਂ ਅਡੋਪਟ ਕਰਤਾ, ਫਿਰ ਐੱਫ ਤੋਂ ਬਾਅਦ ਐੱਫ ਜੀ ਹੈ ਨਹੀਂ, ਫਿਰ ਐੱਚ ਆਇਆ। ਹੁਣ ਐੱਚ ਉਹ ਤੋਂ ਬਾਅਦ ਕਹਿੰਦਾ ਐੱਚ ਜੇ, ਜੇ ਨੂੰ ਜੋ ਅਜੇ ਐੱਚ ਜੇ, ਫਿਰ ਜੇ ਆਊਗਾ, ਫਿਰ ਓ। ਠੀਕ ਹੈ, ਇਸ ਤਰ੍ਹਾਂ ਕਰਕੇ ਆਪਣਾ ਸੈਕਿੰਡ ਆਂਸਰ ਆ ਜਾਣਾ। ਸੋਰੀ, ਸਾਡਾ ਆਉਣਾ ਅਗਲਾ ਕੁਸ਼ਚਨ ਹੈ 16ਵਾਂ। ਲਿਖਿਆ ਨਿਰਦੇਸ਼ ਕੀ ਦਿੱਤਾ ਹੋਇਆ 16-17 ਕੁਸ਼ਚਨ ਚਿੱਤਰ ਵਿੱਚ। ਚਿੱਤਰ ਬੀ ਦਾ ਜੋ ਸੰਬੰਧ ਚਿੱਤਰ ਏ ਨਾਲ ਹੈ, ਉਹ ਚਿੱਤਰ ਡੀ ਦਾ ਚਿੱਤਰ ਸੀ ਨਾਲ ਹੈ। ਦਿੱਤੇ ਹੋਏ ਚਿੱਤਰਾਂ ਵਿੱਚ 1-4 ਵਿੱਚੋਂ ਚਿੱਤਰ ਲੱਭੋ ਅਤੇ ਡੀ 'ਤੇ ਰੱਖਿਆ ਜਾ ਸਕੇ। ਹਾਂਜੀ, ਸੋ ਇਹਦਾ ਰਾਈਟ ਆਂਸਰ ਤੁਸੀਂ ਮੈਨੂੰ ਕਮੈਂਟ ਕਰਕੇ ਪਾ ਸਕਦੇ ਹੋ। ਆਪਸ਼ਨ ਦਿੱਤਾ ਹੋਇਆ ਉਹਨੇ, ਦੱਸਣਾ ਡੀ 'ਚ ਕੀ ਆਉਣਾ। ਸੋ 16ਵੇਂ ਦਾ ਆਪਣਾ ਰਾਈਟ ਆਂਸਰ ਸੈਕਿੰਡ ਹੀ ਆ ਜਾਣਾ ਜੀ, ਆਹ ਵਾਲਾ ਘੁੰਮੇਗਾ। ਠੀਕ ਹੈ, ਚਲੋ ਸਮੱਸਿਆ ਚਿੱਤਰ। ਹੁਣ ਸਮੱਸਿਆ ਚਿੱਤਰ 16ਵੇਂ ਦੱਸਣਾ ਕੀ ਆਉਣਾ ਅਗਲਾ। ਸੋ 17ਵਾਂ ਤਾਂ ਆਪਣਾ ਰਾਈਟ ਆਂਸਰ ਸੈਕਿੰਡ ਆਊਗਾ, ਆਹ ਵਾਲਾ, ਇਹ ਤੋਂ ਬਾਅਦ। ਠੀਕ ਆ ਜੀ, ਚਲੋ 18ਵੇਂ ਕੁਸ਼ਚਨ ਆ ਗਏ। ਹੇਠਾਂ ਦਿੱਤੇ ਚਿੱਤਰਾਂ ਵਿੱਚ ਕਿੰਨੇ ਵਰਗ ਹਨ। ਹਾਂਜੀ, ਕਿੰਨੇ ਵਰਗ ਆ? 1-2-3-4 ਚਾਰ। ਤੋ ਆਪਣਾ 18ਵੇਂ ਦਾ ਆਪਣਾ ਰਾਈਟ ਆਂਸਰ ਆਉਣਾ 4th 30। ਇਹਦਾ ਕੱਢ ਕੇ ਦੇਖਿਓ, ਮੈਂ ਆਂਸਰ ਕੀ ਤੋਂ ਕਰਾ ਲਿਆ ਹਾਲੇ ਤਾਂ, ਇਹਦੇ ਮਲਟੀਪਲਿਟੀ ਨਹੀਂ, ਥੋੜ੍ਹੀ ਔਖੀ ਹੈ। ਹੇਠਾਂ ਦਿੱਤੇ ਚਿੱਤਰ ਵਿੱਚ ਤ੍ਰਿਭੁਜ ਦੀ ਗਿਣਤੀ ਕਰੋ। ਹਾਂਜੀ, ਤ੍ਰਿਭੁਜ ਦੀ ਗਿਣਤੀ ਕਰੋ, ਦੱਸੋ ਕਿੰਨੇ ਆ। 1-2-3-4-5-6-7-8-9-10-11-12 13 ਕਿੰਨੇ? ਇਹਦਾ ਰਾਈਟ ਆਂਸਰ ਆਪਣਾ 19ਵੇਂ ਦਾ ਆਉਣਾ ਜੀ, ਫਸਟ। ਇੰਨੇ ਬਤਾ ਰਹੇ, 1-2-3-4-5-6-7-8-9-10-11-12 ਆ ਰਿਹਾ। ਫਿਰ ਵੀ ਆਂਸਰ ਕੀ ਹੋਏਗਾ, 12 ਦਾ ਆਪਸ਼ਨ ਹੀ ਹੈ ਨਹੀਂ। ਚੈੱਕ ਕਰਿਓ ਤਾਂ ਜੀ, ਤੁਹਾਡਾ ਡਾਊਟ ਆ। ਅਗਲਾ ਹੈ ਨਵੇਂ ਲਿਖੇ ਸ਼ਬਦ ਦਾ ਦਰਪਣ ਪ੍ਰਤੀਬਿੰਬ ਚੁਣੋ। ਹਾਂਜੀ, ਦਰਪਣ ਅਤੇ ਪ੍ਰਤੀਬਿੰਬ ਦੱਸਣਾ ਕੀ ਬਣਨਾ ਇਹਦਾ, ਪੁੱਠਾ ਹੋ ਕੇ। ਹਾਂਜੀ, ਪੁੱਠਾ ਹੋ ਗਿਆ ਤਾਂ ਦਰਪਣ ਪ੍ਰਤੀਬਿੰਬ, ਤੁਹਾਨੂੰ ਪਤਾ ਸ਼ੀਸ਼ਾ ਲਿਆਵਾਂ ਅਕਸਰ ਪੁੱਠੇ ਹੋ ਜਾਂਦੇ, ਅਤੇ ਪੁੱਠਾ ਹੁੰਦਾ ਤਾਂ ਉਦੋਂ ਬਾਅਦ ਦੱਸੋ ਕਾਪੀ ਲਿਖ ਕੇ ਤੁਸੀਂ ਚੈੱਕ ਕਰ ਸਕਦੇ ਹੋ ਆਂਸਰ। ਠੀਕ ਆ ਜੀ, ਸ਼ੀਸ਼ੇ 'ਚ ਤੁਹਾਡੇ ਕੋਲ ਹੈ, ਇਹਨਾਂ 'ਚ ਕੋਈ ਨਹੀਂ ਬਣਦਾ ਪਿਆ, ਸੋ ਨਨ ਆਫ ਦੀ ਸਾਜਣਾ। ਚਿੱਤਰ ਐਕਸ ਲਈ ਸਹੀ ਦਰਪਣ ਪ੍ਰਤੀਬਿੰਬ ਚੁਣੋ। ਹਾਂਜੀ, ਇਹਦੇ 'ਚ ਕਿਹੜਾ ਆਪਸ਼ਨ ਸਹੀ ਆ? ਘੜੀ ਕਦੇ ਕੋਲ ਆ, ਤੁਸੀਂ ਘੜੀ ਦਾ ਚੈੱਕ ਕਰ ਸਕਦੇ ਹੋ। ਇਹਦਾ 21ਵੇਂ ਦਾ ਰਾਈਟ ਆਂਸਰ ਆਪਣਾ ਹੈ ਨਾ 4th। ਉਲਟ ਹੋ ਜਾਣਾ, ਤੁਹਾਨੂੰ ਪਤਾ ਆਹ ਵਾਲਾ ਚੀਜ਼ ਇੱਦਾਂ ਉਲਟ ਜਾਣੀ। ਚਲੋ
ਚਿੱਤਰ ਐਕਸ ਸਾਹਮਣੇ ਦਿੱਤੇ ਗਏ ਚਾਰ ਵਿਕਲਪਾਂ 1, 2, 3 ਜਾਂ 4 ਵਿੱਚੋਂ ਕਿਸੇ ਇੱਕ ਵਿੱਚ ਫਿੱਟ ਹੁੰਦਾ ਹੈ ਤਾਂ ਸਹੀ ਵਿਕਲਪ ਚੁਣੋ। ਸੋ 22ਵੇਂ ਦਾ ਆਪਣਾ ਰਾਈਟ ਆਂਸਰ 4th ਆਉਣਾ ਜੀ, ਆਹ ਫਿੱਟ ਹੁੰਦਾ। ਠੀਕ ਹੈ, ਚਲੋ 30 ਕੁਐਸਚਨ ਇਹਦੇ ਕਰਾਉਣੇ ਆ ਕਿਉਂਕਿ ਸੈੱਟ ਬਥੇਰਾ, ਵੀਡੀਓ ਲੰਬੀ ਨਾ ਕਰੀਏ ਆਪਾਂ। ਦਿੱਤੇ ਹੋਏ ਵਿਕਲਪਾਂ 1, 2, 3 ਜਾਂ 4 ਵਿੱਚੋਂ ਢੁਕਵੇਂ ਇੱਕ ਵਿਕਲਪ ਨਾਲ ਦਿੱਤੇ ਹੋਏ ਅਧੂਰੇ ਪੈਟਰਨ ਐਕਸ ਨੂੰ ਪੂਰਾ ਕਰੋ। ਹਾਂਜੀ, ਇਹਦਾ ਰਾਈਟ ਆਂਸਰ ਆਪਣਾ 23ਵੇਂ ਦਾ ਆਉਣਾ ਜੀ, ਫਸਟ ਵਾਲਾ ਹੀ ਆ ਜਾਣਾ। ਠੀਕ ਹੈ, 24ਵਾਂ ਕੁਐਸਚਨ ਹੈ, ਇੱਕ ਪਾਸੇ ਦੀਆਂ 4 ਸਥਿਤੀਆਂ ਦਿੱਤੀਆਂ ਗਈਆਂ ਹਨ, ਅੰਕ 3 ਦੇ ਵਿਪਰੀਤ ਕਿਹੜਾ ਅੰਕ ਆਵੇਗਾ। 24ਵਾਂ ਆਨਸਰ 3rd ਆਪਸ਼ਨ ਆ ਜਾਣਾ। 25ਵਾਂ ਕੁਐਸਚਨ ਦੇ ਦੇ ਕੀ ਹੈ, ਇੱਕ ਪਾਸੇ ਦੀਆਂ 3 ਸਥਿਤੀਆਂ ਦਿੱਤੀਆਂ ਗਈਆਂ ਹਨ, ਅੰਕ 4 ਵਿਪਰੀਤ ਕਿਹੜਾ ਅੰਕ ਆਵੇਗਾ। ਸੋ ਇਹਦਾ ਰਾਈਟ ਆਨਸਰ ਆਪਣਾ ਹੈਗਾ 25ਵੇਂ ਦਾ ਜੀ, ਸੈਕਿੰਡ 2। ਦਿੱਤੇ ਵਿਕਲਪ ਵਿੱਚ ਉਹਨਾਂ 3 ਵਿਕਲਪਾਂ ਦੇ ਸਮੂਹ ਦੀ ਚੋਣ ਕਰੋ ਜਿਨ੍ਹਾਂ ਨੂੰ ਆਪਸ ਵਿੱਚ ਜੋੜ ਕੇ ਇੱਕ ਪੂਰਾ ਵਰਗ ਪ੍ਰਾਪਤ ਹੁੰਦਾ ਹੈ। ਹਾਂਜੀ, ਇਹਦਾ ਰਾਈਟ ਆਨਸਰ ਆਪਣਾ ਆਉਣਾ, ਪੂਰਾ ਵਰਗ ਬਣਾਉਣਾ ਜੀ, ਤੋ 26ਵੇਂ ਦਾ ਰਾਈਟ ਆਨਸਰ ਆਉਣਾ ਸੈਕਿੰਡ, ਦੂਜੇ ਨੂੰ ਪਹਿਲਾਂ ਲੈਣਾ, ਇਹਨੂੰ ਆਪਾਂ ਜਗ੍ਹਾ ਜੋੜਾਂਗੇ ਨਾ ਫਿਰ ਵਰਗ ਬਣ। 27 ਤੋਂ 28 ਕੁਐਸਚਨ ਕਹਿ ਰਹੇ, ਪ੍ਰਸ਼ਨ ਨੰਬਰ 27 ਅਤੇ 28 ਵਿੱਚ ਕਾਗਜ਼ ਮੋੜਨ ਦੀ ਪ੍ਰਕਿਰਿਆ ਨੂੰ ਦਰਸਾਉਂਦੀ ਤਰਤੀਬ ਨੂੰ ਦਿਖਾਉਂਦੀ 3 ਤਸਵੀਰਾਂ ਐਕਸ ਵਾਈ ਜੈੱਡ ਦਿੱਤੀਆਂ ਹਨ, ਜਿਨ੍ਹਾਂ ਵਿੱਚ ਚਿੱਤਰ ਜੈੱਡ ਦਰਸਾਉਂਦਾ ਹੈ ਕਿ ਚਿੱਤਰ ਨੂੰ ਕਿੱਥੇ ਕੱਟਿਆ ਗਿਆ ਹੈ, ਅਤੇ 4 ਉੱਤਰ ਚਿੱਤਰਾਂ ਵਿੱਚੋਂ ਉਸ ਚਿੱਤਰ ਨੂੰ ਚੁਣੋ ਜੋ ਚਿੱਤਰ ਨੂੰ ਜੈੱਡ ਨੂੰ ਖੋਲ੍ਹਣ ਉਪਰੰਤ ਬਣੇਗਾ। ਸੋ ਇਹਦਾ ਰਾਈਟ ਆਨਸਰ ਆਉਣਾ, ਖੋਲ੍ਹ ਕੇ ਦੇਖਿਓ ਕੀ ਬਣਨਾ, 27ਵੇਂ ਦਾ ਕੁਐਸਚਨ ਦਾ ਦੇਖ ਲਿਓ ਆਨਸਰ, ਥੋੜ੍ਹਾ ਡਾਊਟ ਲੱਗ ਰਿਹਾ 27ਵਾਂ, ਫਿਰ ਤਾਂ 4th ਆਪਸ਼ਨ ਮੇਰੇ ਖਿਆਲ ਬਣਨੀ ਚਾਹੀਦੀ ਆ, ਖੋਲ੍ਹਾਂਗੇ ਇਹਨੂੰ। ਚਲੋ 28ਵਾਂ ਆਉਂਦੇ ਆ, 28ਵਾਂ ਵੀ ਸੇਮ ਆ, ਸਿੱਧਾ ਹੀ 4th ਆਪਸ਼ਨ ਹੀ ਬਣੂ। 28ਵੇਂ ਕੁਐਸਚਨ ਦੇ ਆਉਂਦੇ ਜੀ, ਅੱਗੇ ਦਿੱਤੇ ਗਏ ਸ਼ਬਦ ਦਾ ਜਲ ਪ੍ਰਤੀਬਿੰਬ, ਜਲ 'ਚ ਦੇਖੋ ਕੀ ਪ੍ਰਤੀਬਿੰਬ ਬਣੂਗਾ। ਸੋ ਇਹਦਾ ਰਾਈਟ ਆਨਸਰ ਆਪਣਾ ਆਉਣਾ ਜੀ 29ਵੇਂ ਦਾ, ਫਸਟ, ਦਿੱਤੇ ਹੋਏ ਵਿਕਲਪਾਂ 1, 2, 3, 4 ਵਿੱਚੋਂ ਚਿੱਤਰ ਐਕਸ ਦੀ ਜਲ ਪ੍ਰਤੀਬਿੰਬ ਲੱਭੋ। ਸੋ ਇਹਦਾ ਜਲ ਪ੍ਰਤੀਬਿੰਬ ਆਪਣਾ ਬਣਨਾ ਜੀ 30ਵੇਂ ਦਾ, 4th, ਪੁੱਠਾ ਨੂੰ ਸਿੱਧਾ ਕਰ ਦਿੰਦਾ। ਠੀਕ ਆ, ਸੋ 30 ਕੁਐਸਚਨ ਆਪਾਂ ਕਰ ਲਿਆ, ਪਾਰਟ 2 ਮਤਲਬ ਸੋਸ਼ਲ ਸਟੱਡੀ ਕਰਾਂਗੇ, ਮਤਲਬ ਸੋਸ਼ਲ ਸਾਇੰਸ ਦੀ ਅੱਗੇ ਕੁਐਸਚਨ ਆਉਗਾ ਸ਼ਾਇਦ, ਸਕੋਲਰਲਿਸਟਿਕ ਅਗਲੇ ਕੁਐਸਚਨ ਮੈਂ 31 ਤੋਂ ਲੈ ਕੇ ਜਿਹੜੇ ਵੀ ਕੁਐਸਚਨ ਮੈਂ ਨੈਕਸਟ ਵੀਡੀਓ 'ਤੇ ਕਰਾਉਣਾ। ਚਲੋ, ਅਤੇ ਵੀਡੀਓ ਨੇ ਪਾਰਟ 1 ਇਹ ਆ, ਪਾਰਟ 2 ਜਲਦੀ ਆਪਾਂ ਮਿਲਦੇ ਹਾਂ, ਐਵੇਂ ਦੇ ਪਾਰਟ ਲੈ ਕੇ ਜਲਦੀ। ਚਲੋ, ਬਾਏ ਬਾਏ, ਕੋਈ ਵੀ ਡਾਊਟ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛ ਲੈਣਾ, ਅਤੇ PDF ਚਾਹੀਦਾ ਤੁਹਾਨੂੰ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰਨਾ, ਮੈਸੇਜ ਜਾਂ ਪੇਪਰ। ਠੀਕ ਆ।